सिंह फौजी के पिता बाबा जगीर सिंह नूं वख-वख आगुआं वल्लों श्रद्धांजलियां भेंट। कपूरथला तो पत्रकार जतिंदर सिंह फौजी जिन्हां दे सतिकार योग पिता बाबा जगीर सिंह जी किशन सिंह वाला दे बीते दिनी देहांत हो गया। नमित रखे गए पाठ दा भोग अते अंतिम अरदास पिंड किशन सिंह वाला विखे करवाई गई। इस मौके गुरुद्वारा गुरसर साहिब सैफलाबाद दे हजूरी जथे वालों वैरागमय कीर्तन किया गया। इस मौके बाबा जगीर सिंह नमित श्रद्धांजलि समागम मौके जर्नलिस्ट प्रेस क्लब पंजाब दे सूबा प्रधान मनजीत सिंह मान अते हलका सुल्तानपुर लोधी दे इंचार्ज सज्जन सिंह चीमा वालों बाबा जगीर सिंह नूं श्रद्धा दे फुल भेंट किए गए। इस मौके जर्नलिस्ट प्रेस क्लब कपूरथला दे जिला प्रधान प्रीत संगोजला जिला चेयरमैन जोगिंदर सिंह जातिके जिला जनरल सकत्तर सुखविंदर सोही त्रिलोचन सिंह चाल परमजीत सनी पी ए दिलप्रीत सिंह टोडरावाल मनजीत सिंह खीरावाली विक्रमजीत सिंह उच्चा राजीव शर्मा सरपंच सुखदेव सिंह किशन सिंह वाला हर्षदीप सिंह लाडी ठिकरीवाल प्रिंस किशन सिंह वाला वरिंदर फतेहाबाद रवि मिक सिंह गुरविंदर कनिया आके योधा पंडाल आदि हाजिर सन। जोगिंदर सिंह जातिके जी की विशेष रिपोर्ट। सुल्तानपुर लोधी वो भी बापू जी को श्रद्धा के फुल भेंट आए हैं।
ਸੋ ਅਸੀਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਵੱਲੋਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਕਿ ਵਾਹਿਗੁਰੂ ਪਰਮਾਤਮਾ ਸਾਡੇ ਸਤਿਕਾਰਯੋਗ ਬਾਪੂ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੀ ਔਰ ਉਹਨਾਂ ਨੂੰ ਭਟਕਣ ਨਾ ਦੇਵੀ, ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੀ। ਸੋ ਫਿਰ ਮੈਂ ਦੁਬਾਰਾ ਇਹੀ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਿੱਚ ਬਖਸ਼ੀ ਬਖਸ਼ੀ। ਸੋ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਂਝ ਪਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਬਾਬਾ ਜਗੀਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਹਾਂ। ਕਈ ਵਾਰ ਇਸ ਨਗਰ 'ਚ ਆਇਆ ਅਤੇ ਬਾਬਾ ਜਗੀਰ ਸਿੰਘ ਜੀ ਉਹਨਾਂ ਦੇ ਦਰਸ਼ਨ ਹੁੰਦੇ ਸੀਗੇ। ਐਸੇ ਜਗ੍ਹਾ 'ਤੇ ਦੋ ਤਿੰਨ ਮੀਟਿੰਗਾਂ ਹੋਈਆਂ ਸੀਗੀਆਂ। ਸੋ ਬਹੁਤ ਪਿਆਰੇ ਇਨਸਾਨ ਸੀਗੇ, ਇਸੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਸੀ, ਬੜਾ ਚੰਗਾ ਸੁਭਾਅ ਸੀਗਾ। ਅਤੇ ਮੈਂ ਸਮਝਦਾ ਕਿ ਜਿਹੜੇ ਇਨਸਾਨ ਸਮਾਜ ਦੇ ਵਿੱਚ ਕੁਛ ਕਰਕੇ ਜਾਂਦੇ ਨੇ ਉਹਨਾਂ ਦਾ ਨਾਂ ਹਮੇਸ਼ਾ ਰਹਿੰਦਾ। ਜਾਣਾ ਸਭ ਨੇ ਆ, ਅਸੀਂ ਕੋਈ ਵੀ ਇਸ ਦੁਨੀਆਂ 'ਤੇ ਬਚ ਕੇ ਨਹੀਂ ਜਾ ਸਕਦਾ, ਸਾਰਾ ਜਾਣਾ ਸਾਰਿਆਂ ਨੇ। ਪਰ ਆਪਾਂ ਸਮਾਜ ਨੂੰ ਕੀ ਦੇ ਕੇ ਜਾਂਦੇ ਹਾਂ ਉਹ ਮਹੱਤਵਪੂਰਨ ਹੁੰਦਾ। ਅਤੇ ਮੈਂ ਸਮਝਦਾ ਕਿ ਇਹ ਮਿਹਨਤੀ ਪਰਿਵਾਰ ਅਤੇ ਉਹਨਾਂ ਨੇ ਅੱਗੋਂ ਇੱਕ ਬਹੁਤ ਹੀ ਪਿਆਰਾ ਵਧੀਆ ਸਮਾਜ ਸੇਵਾ ਕਰਨ ਵਾਲਾ ਆਪਣਾ ਬੱਚਾ ਜਤਿੰਦਰ ਸਿੰਘ ਫੌਜੀ ਸਾਨੂੰ ਦੇ ਕੇ ਗਏ ਨੇ, ਸਮਾਜ ਨੂੰ ਦੇ ਕੇ ਗਏ। ਪੜ੍ਹਾਈ ਦੇ ਨਾਲ ਨਾਲ ਕਾਰੋਬਾਰ ਕਰਦੇ ਨੇ, ਬਹੁਤ ਵਧੀਆ ਕਾਰੋਬਾਰ। ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਜੇ ਹਿੰਮਤੀ ਬੱਚੇ ਹੋਣ ਤਾਂ ਸਮਾਜ ਕਦੇ ਵੀ ਨਿਮਾਣ ਵੱਲ ਨਹੀਂ ਜਾ ਸਕਦਾ, ਕਿਉਂਕਿ ਉਹਨਾਂ 'ਚ ਹਿੰਮਤ ਹੈ, ਪੜ੍ਹਦੇ ਹੈ, ਪੱਤਰਕਾਰੀ ਕਰਦੇ ਹੈ। ਜਿਹੜਾ ਬੰਦਾ ਪੱਤਰਕਾਰੀ ਕਰਦਾ ਹੈ ਇਹਦਾ ਮਤਲਬ ਉਹ ਬਹੁਤ ਸਮਝਦਾਰ ਹੈ, ਉਹਨੂੰ ਸਮਾਜ ਦੀ ਸਾਰੀ ਚੰਗੀਆਂ ਮਾੜੀਆਂ ਗੱਲਾਂ ਦਾ ਪਤਾ ਹੁੰਦਾ ਹੈ ਅਤੇ ਸਾਰੇ ਇਕੱਤਰ ਕਰਕੇ ਇੱਕ ਸ਼ੀਸ਼ੇ ਵਾਂਗੂ ਸਾਨੂੰ ਉਹ ਦਿਖਾਉਂਦੇ ਆ। ਸੋ ਉਹ ਜ਼ਿੰਮੇਵਾਰੀ ਜਤਿੰਦਰ ਫੌਜੀ ਦੇ ਜ਼ਿੰਮੇ ਲੱਗੀ ਹੈ। ਵੈਸੇ ਤਾਂ ਮੈਂ ਸਮਝਦਾ ਕਿ ਜਿਹੜਾ ਇਨਸਾਨ ਇੱਥੇ ਆਉਂਦਾ ਹੈ, ਖਾ ਪੀ ਕੇ ਚਲੇ ਗਿਆ ਔਰ ਉਹਨੇ ਕੋਈ ਵੀ ਸਮਾਜ ਨੂੰ ਦੇਣ ਨਹੀਂ ਦਿੱਤੀ ਅਤੇ ਉਹ ਪਸ਼ੂਆਂ ਦੇ ਬਰਾਬਰ ਹੁੰਦਾ ਹੈ, ਡੰਗਰਾਂ ਦੇ ਬਰਾਬਰ ਹੁੰਦਾ ਹੈ, ਉਹ ਵੀ ਖਾ ਪੀ ਕੇ ਚਲੇ ਜਾਂਦੇ ਨੇ। ਸੋ ਮੈਂ ਇਹ ਕਹਿੰਦਾ ਕਿ ਇਹੋ ਜਿਹੀ ਹਿੰਮਤ ਜਿਹੜੀ ਹੈ ਉਹ ਜਟਾਉਣੀ ਚਾਹੀਦੀ ਹੈ। ਪਰਮਾਤਮਾ ਵੱਲੋਂ ਹੀ ਇਹਨਾਂ ਦੀ ਅੱਲ ਪੈ ਗਈ ਹੈ ਫੌਜੀ, ਮੈਨੂੰ ਨਹੀਂ ਪਤਾ ਇਹ ਫੌਜ 'ਚ ਰਹੇ ਜਾਂ ਨਹੀਂ, ਕਿ ਵੈਸੇ ਇਹਨਾਂ ਨੂੰ ਫੌਜੀ ਕਹਿਣ ਲੱਗ ਗਿਆ। ਸੋ ਫੌਜੀ ਦਾ ਮਤਲਬ ਹੈ ਦੁਸ਼ਮਣ ਨਾਲ ਲੜਨਾ, ਚਾਹੇ ਉਹ ਬਾਹਰੀ ਦੁਸ਼ਮਣ ਹੈ ਚਾਹੇ ਅੰਦਰਲਾ ਦੁਸ਼ਮਣ ਹੈ। ਅੱਜ ਸਾਡੇ ਸਮਾਜ ਦੇ ਵਿੱਚ